ਵੈਲਕਮ ਬੇਟਾ ਟੂ ਮਾਈ ਚੈਨਲ ਸੋ ਈਜ਼ੀ ਮੈਥ। ਮਾਈ ਡੀਅਰ ਸਟੂਡੈਂਟਸ, ਅੱਜ ਆਪਾਂ ਕਲਾਸ 10th ਦੀ ਵੀਕਲੀ ਪ੍ਰੈਕਟਿਸ ਸ਼ੀਟ 6 ਕਰਾਂਗੇ। ਟੋਪਿਕ ਹੈਗਾ ਕੁਆਡਰੈਟਿਕ ਇਕੁਏਸ਼ਨਸ। ਠੀਕ ਹੈ, ਦੋ ਘਾਤ ਦੀ ਸਮੀਕਰਨ ਇਹ। ਫਸਟ ਹੈ ਬੇਟਾ ਆਪਣੇ ਕੋਲ ਤਿੰਨ ਘਾਤ ਦੀ ਬਹੁਪਦ ਦੀਆਂ ਦੋ ਸਿਫਰ ਆਪਾਂ ਦਿੱਤੀਆਂ ਹੋਈਆਂ ਨੇ, ਤੀਜੀ ਸਿਫਰ ਆਪਾਂ ਨੇ ਫਾਈਂਡ ਆਊਟ ਕਰਨੀ ਆ। ਗਿਵਨ ਦਾ 2 ਜ਼ੀਰੋਜ਼ ਆਫ ਦਾ ਕਿਊਬਿਕ ਪੋਲੀਨੋਮੀਅਲ ਆਰ 0 0, ਦੈਨ ਦਾ 3rd ਜ਼ੀਰੋ ਇਜ਼। ਦੇਖੋ ਬੇਟਾ, ਈਜ਼ੀ ਆ, ਆਪਣੇ ਕੋਲ ਜਿਹੜੇ ਕਿਊਬਿਕ ਪੋਲੀਨੋਮੀਅਲ ਹੁੰਦੀ ਆ ਉਹਦੇ ਸਮ ਆਫ 3 ਜ਼ੀਰੋਜ਼ ਦਾ ਕੀ ਫਾਰਮੂਲਾ ਹੁੰਦਾ, ਜੇ ਆਪਾਂ 3 ਜ਼ੀਰੋਜ਼ ਐਲਫਾ ਬੀਟਾ ਗਾਮਾ ਲਈਏ। ਠੀਕ ਹੈ, ਤਾਂ ਸਮ ਆਫ 3 ਜ਼ੀਰੋ ਦਾ ਫਾਰਮੂਲਾ ਕੀ ਹੁੰਦਾ, ਐਲਫਾ ਪਲੱਸ ਬੀਟਾ ਪਲੱਸ ਗਾਮਾ। ਇਹ ਹੁੰਦਾ ਬੇਟਾ ਆਪਣੇ ਕੋਲ ਮਾਈਨਸ ਕੋਫੀਸ਼ੀਐਂਟ ਆਫ ਐਕਸ ਦਾ ਸਕੇਅਰ, ਮੀਨਸ ਮਾਈਨਸ ਐਕਸ ਸਕੇਅਰ ਦਾ ਗੁਣਾਕ ਬਟਾ ਕੋਫੀਸ਼ੀਐਂਟ ਆਫ ਐਕਸ ਦਾ ਕਿਊਬ, ਜਿਹਨੂੰ ਆਪਾਂ ਲਿਖ ਸਕਦੇ ਹਾਂ ਐਕਸ ਕਿਊਬ ਦਾ ਗੁਣਾਕ। ਠੀਕ ਹੈ, ਹੁਣ ਦੋ ਜ਼ੀਰੋਜ਼ ਆਪਾਂ ਨੂੰ ਗਿਵਨ ਹੈ, ਆਪਾਂ ਐਲਫਾ ਜ਼ੀਰੋ ਲੈ ਲਿਆ, ਬੀਟਾ ਜ਼ੀਰੋ ਲੈ ਲਿਆ। ਠੀਕ ਹੈ, ਅਤੇ ਇਹ ਬਣ ਜਾ ਬੇਟਾ ਆਪਣੇ ਕੋਲ ਜ਼ੀਰੋ ਪਲੱਸ ਜ਼ੀਰੋ ਪਲੱਸ ਗਾਮਾ, ਕੋਫੀਸ਼ੀਐਂਟ ਆਫ ਐਕਸ ਦਾ ਸਕੇਅਰ ਕਿੰਨਾ ਆਪਣੇ ਕੋਲ ਬੀ, ਪਰ ਮੂਹਰੇ ਕੀ ਹੈ ਮਾਈਨਸ, ਕੋਫੀਸ਼ੀਐਂਟ ਆਫ ਐਕਸ ਦਾ ਕਿਊਬ ਕਿੰਨਾ ਆਪਣੇ ਕੋਲ ਏ, ਤਾਂ ਗਾਮਾ ਦੀ ਵੈਲਿਊ ਕਿੰਨੀ ਆ ਗਈ ਦੇਖੋ, ਬੀ ਮਾਈਨਸ ਬੀ ਬਾਏ ਏ, ਤਾਂ ਕਿਹੜੀ ਆਪਸ਼ਨ ਆਊ ਬੇਟਾ, ਫਸਟ। ਠੀਕ ਹੈ ਜੀ, ਦਿਸ ਵਨ। ਅੱਗੇ ਸਿਫਰਾਂ ਦੀ ਗਿਣਤੀ ਕਰਨੀ ਹੈ ਆਪਾਂ ਨੇ, ਸਮ ਹਾਉ ਮੈਨੀ ਰੀਅਲ ਜ਼ੀਰੋਜ਼ ਆਰ ਪੋਸੀਬਲ ਇਨ ਦਾ ਗਿਵਨ ਗ੍ਰਾਫ। 1 2 3, ਠੀਕ ਹੈ, ਕਿੰਨੀਆਂ ਹੋ ਗਏ ਬੇਟਾ, 3, ਦਿਸ ਵਨ। ਨੈਕਸਟ ਹੈਗਾ ਐਕਸ ਟੀ ਸਕੇਅਰ ਮਾਈਨਸ 15 ਦੀਆਂ ਸਿਫਰਾਂ ਹਨ, ਜ਼ੀਰੋਜ਼ ਆਫ ਦਾ ਪੋਲੀਨੋਮੀਅਲ, ਇਹਨੂੰ ਸੋਲਵ ਕਰਦੇ ਪਹਿਲਾਂ ਆਪਾਂ। ਠੀਕ ਹੈ, ਇਹ ਬਣ ਜੂਗਾ ਟੀ ਸਕੇਅਰ ਮਾਈਨਸ 15 ਨੂੰ ਲਿਖ ਸਕਦੇ ਹਾਂ ਆਪਾਂ ਰੂਟ 15 ਦਾ ਸਕੇਅਰ, ਅਤੇ ਆਪਣੇ ਕੋਲ ਫਾਰਮੂਲਾ ਹੁੰਦਾ ਬੇਟਾ ਏ ਸਕੇਅਰ ਮਾਈਨਸ ਬੀ ਸਕੇਅਰ ਦਾ, ਏ ਮਾਈਨਸ ਬੀ ਏ ਪਲੱਸ ਬੀ। ਇਹ ਬਣ ਜੂ ਬੇਟਾ ਆਪਣੇ ਕੋਲ ਟੀ ਮਾਈਨਸ ਰੂਟ 15 ਟੀ ਪਲੱਸ ਰੂਟ 15। ਸਿਫਰਾਂ ਕੱਢਣੀਆਂ ਨੇ ਤਾਂ ਇਹਦਾ ਮਤਲਬ ਆਪਾਂ ਟੀ ਮਾਈਨਸ ਰੂਟ 15 ਨੂੰ 0 ਦੇ ਬਰਾਬਰ ਰੱਖ ਲਾਂਗੇ, ਟੀ ਪਲੱਸ ਰੂਟ 15 ਨੂੰ 0 ਦੇ ਬਰਾਬਰ ਰੱਖ ਲਾਂਗੇ। ਟੀ ਦੀ ਵੈਲਿਊ ਕਿੰਨੀ ਆਜੂਗੀ, ਰੂਟ 15, ਟੀ ਦੀ ਵੈਲਿਊ ਕਿੰਨੀ ਆਜੂਗੀ, ਮਾਈਨਸ ਸਕੇਅਰ ਰੂਟ ਆਫ 50। ਦੋਨੋਂ ਬੇਟਾ ਕੀ ਨੇ, ਇੱਕ ਅਪਰਮੇਯ ਸੰਖਿਆਵਾਂ, ਕਿਉਂਕਿ ਫਿਰ ਰੂਟ 15 ਕੀ ਇੱਕ ਅਪਰਮੇਯ ਸੰਖਿਆ, ਇਰਰੈਸ਼ਨਲ ਨੰਬਰ, ਤਾਂ ਕਿਹੜਾ ਆਂਸਰ ਆਊ ਬੇਟਾ ਇਹ 'ਚ, 4th ਆਪਸ਼ਨ, ਦਿਸ ਵਨ। ਨੈਕਸਟ ਹੈਗਾ ਆਪਣੇ ਕੋਲ ਇਕੁਏਸ਼ਨ ਗਿਵਨ ਹੈ ਬੇਟਾ, ਵਿੱਚ ਆਫ ਦਾ ਫੋਲੋਇੰਗ ਇਜ਼ ਵਨ ਆਫ ਦਾ ਸੋਲਿਊਸ਼ਨ ਆਫ ਦਾ ਇਕੁਏਸ਼ਨ, ਦੱਸਣਾ ਕਿਹੜਾ ਇਹਦਾ ਹੱਲ ਹੈ। ਸਾਰੇ ਪੁਆਇੰਟ ਪੁੱਟ ਕਰੋ, ਜਿਹੜੇ ਪੁੱਟ ਕਰਕੇ ਦੋਨੇ ਪਾਸੇ ਆਂਸਰ ਇਕੁਅਲ ਆ ਗਿਆ ਉਹਦਾ ਸੋਲਿਊਸ਼ਨ ਬਣੂਗਾ। ਪਹਿਲੀ ਐਕਸ ਹੈ ਬੇਟਾ, ਦੂਜੀ ਵਾਈ, ਹੁਣ ਇਹਦੇ ਵਿੱਚ ਐਕਸ ਦੀ ਵੈਲਿਊ 0 ਪੁੱਟ ਕਰਾਂਗੇ, ਵਾਈ ਕਿੰਨੇ ਪੁੱਟ ਕਰਾਂਗੇ, 2 ਵਾਈ ਕਿੰਨਾ ਆਪਣੇ ਕੋਲ, 2 ਇਜ਼ ਇਕੁਅਲ ਟੂ 4, 2 ਇੰਟੂ 2 4, 0 ਮਾਈਨਸ 4 ਮਾਈਨਸ 4,
ਇਜ ਇਕੁਅਲ ਟੂ 4। ਇਹ ਇਕੁਅਲ ਨਹੀਂ ਆਏ ਬੇਟਾ, ਇਹ ਨਹੀਂ ਹੈਗਾ। ਸੈਕਿੰਡ ਪੁੱਟ ਕਰੋ ਇਹਦੇ ਵਿੱਚ, 20 ਐਕਸ 2 ਮਾਈਨਸ 2 ਵਾਈ ਕਿੰਨਾ ਪੁੱਟ ਕਰਾਂਗੇ, 0 ਇਜ ਇਕੁਅਲ ਟੂ 4। 2 ਇੰਟੂ 0 0 ਤਾਂ 2 ਮਾਈਨਸ 0 2, 2 ਇਜ ਇਕੁਅਲ ਟੂ 4, ਮੀਨਸ ਇਹ ਵੀ ਨਹੀਂ ਹੈਗਾ। ਹੁਣ ਤੁਸੀਂ ਬੇਟਾ ਫੋਰਥ ਥਰਡ ਪੁੱਟ ਕਰਕੇ ਦੇਖੋ, ਠੀਕ ਹੈ। ਥਰਡ ਐਕਸ ਭਰਨਾ ਆਪਾਂ ਨੇ 4 ਮਾਈਨਸ 2, ਵਾਈ ਭਰਨਾ ਆਪਾਂ ਨੇ 0 ਇਜ ਇਕੁਅਲ ਟੂ 4। 2 ਇੰਟੂ 0 0 4 ਮਾਈਨਸ 0 4 ਇਜ ਇਕੁਅਲ ਟੂ 4, ਇਹ ਬਰਾਬਰ ਆ ਗਿਆ, ਇਹ ਹੈਗਾ ਆ। ਅੱਗੇ 0 0 ਪੁੱਟ ਕਰੋਗੇ ਇੱਥੇ 0 ਬਣ ਜਾਣਾ, 0 ਇਜ ਇਕੁਅਲ ਟੂ 4, ਮੀਨਸ ਇਹ ਵੀ ਨਹੀਂ ਹੈਗਾ। ਤੁਹਾਡਾ ਆਂਸਰ ਕੀ ਆਊਗਾ, 4 0। ਨੈਕਸਟ ਹੈਗਾ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਕੁਆਡਰੈਟਿਕ ਇਕੁਏਸ਼ਨ। ਦੱਸਣਾ ਬੇਟਾ ਇਹ 'ਚ ਦੋ ਘਾਤੀ ਸਮੀਕਰਨ ਕਿਹੜੀ ਨਹੀਂ ਹੈਗੀ। ਚਲੋ ਸੋਲਵ ਕਰਾਂਗੇ ਆਪਾਂ ਹਾਰੀਆਂ ਨੂੰ ਪਹਿਲਾਂ। ਜਿਹਦੀ ਘਾਤ 2 ਹੋਊਗੀ ਬੇਟਾ ਹਾਇਰ, ਉਹ 2 ਘਾਤੀ ਹੋਊਗੀ। ਜਿਵੇਂ ਇਹ ਫਾਰਮੂਲਾ ਖੋਲ ਲਓ, ਏ ਪਲੱਸ ਬੀ ਦੇ ਸਕੇਅਰ ਦਾ, ਜਿਹੜਾ ਫਸਟ ਆ ਇਹ ਬਣੂਗਾ ਏ ਸਕੇਅਰ ਪਲੱਸ ਬੀ ਸਕੇਅਰ ਪਲੱਸ 2 ਏ ਬੀ, ਠੀਕ ਹੈ। ਇਹਨੂੰ ਮਲਟੀਪਲਾਈ ਕਰੋ 2 ਨੂੰ ਐਕਸ ਨਾਲ, 2 ਨੂੰ 3 ਨਾਲ, ਇਹ ਬਣ ਜੂਗਾ 2x ਮਾਈਨਸ 6। ਐਕਸ ਦਾ ਸਕੇਅਰ 1 ਦਾ ਸਕੇਅਰ 1 ਪਲੱਸ 2x। 2x ਨੂੰ ਬੇਟਾ ਰਾਈਟ ਸਾਈਡ ਲੈ ਆਓ, ਲੈਫਟ ਸਾਈਡ, ਰਾਈਟ ਸਾਈਡ ਤੋਂ ਲੈਫਟ ਸਾਈਡ ਸਾਈਨ ਚੇਂਜ ਹੋ ਗਿਆ, ਮਾਈਨਸ 6 ਲੈਫਟ ਸਾਈਡ ਜਾ ਕੇ ਪਲੱਸ ਦੇ 6, ਇਹ ਕੈਂਸਲ ਆਊਟ ਹੋ ਗਿਆ। ਐਕਸ ਸਕੇਅਰ 1 ਪਲੱਸ 6 ਕਿੰਨਾ ਬਣ ਗਿਆ, 7। ਇਹ 'ਚ ਹਾਇਰ ਪਾਵਰ 2 ਬਚ ਗਈ, ਇਟ ਮੀਨਸ ਇਹ 2 ਘਾਤੀ ਹੈਗੀ ਆ, ਇਹ ਹੈਗੀ ਆ, ਠੀਕ ਹੈ, ਟਰੂ ਆ। ਹੁਣ ਨੈਕਸਟ ਚੈੱਕ ਕਰੋ ਸੈਕਿੰਡ, ਹੁਣ ਇਹ 'ਚ ਦੇਖੋ ਇਹ ਹੈਗਾ ਐਕਸ ਸਕੇਅਰ ਮਾਈਨਸ 2x, ਮਾਈਨਸ 2 ਨੂੰ 3 ਨਾਲ ਮਲਟੀਪਲਾਈ ਕਰਾਂਗੇ ਮਾਈਨਸ ਦੇ 6, ਮਾਈਨਸ 2 ਨੂੰ ਮਾਈਨਸ ਐਕਸ ਨਾਲ ਕਰੋਗੇ ਪਲੱਸ ਦੇ 2x, ਇਹ ਬਣ ਜੂ ਬੇਟਾ ਐਕਸ ਸਕੇਅਰ ਮਾਈਨਸ 2x ਪਲੱਸ 6 ਮਾਈਨਸ 2x ਇਜ ਇਕੁਅਲ ਟੂ 4, 0। ਇਹ 'ਚ ਵੀ ਹਾਇਰ ਪਾਵਰ ਬੇਟਾ 2 ਬਚੂਗੀ, ਅਤੇ ਇਹ ਵੀ ਹੈਗੀ ਆ। ਹੁਣ ਥਰਡ ਚੈੱਕ ਕਰਦੇ ਹਾਂ, ਇਹ ਮਲਟੀਪਲਾਈ ਹੋਏਗਾ, ਵੈਸੇ ਫਾਰਮੂਲਾ ਬਣ ਗਿਆ ਬੇਟਾ ਐਕਸ ਮਾਈਨਸ 3 ਦਾ ਸਕੇਅਰ ਬਣ ਗਿਆ, ਇਹ ਇਜ਼ ਇਕੁਅਲ ਟੂ ਐਕਸ ਸਕੇਅਰ ਮਾਈਨਸ 4। ਇਹਨੂੰ ਖੋਲੋ, ਏ ਮਾਈਨਸ ਬੀ ਦਾ ਸਕੇਅਰ, ਏ ਸਕੇਅਰ ਪਲੱਸ ਬੀ ਸਕੇਅਰ ਮਾਈਨਸ 2 ਏ ਬੀ ਇਜ਼ ਇਕੁਅਲ ਟੂ ਐਕਸ ਸਕੇਅਰ ਮਾਈਨਸ 4, ਬੇਟਾ ਕੈਂਸਲ ਆਊਟ ਹੋ ਜੂਗਾ। 3 ਦਾ ਸਕੇਅਰ 9, 3 ਇੰਟੂ 2 6x ਇਜ਼ ਇਕੁਅਲ ਟੂ ਮਾਈਨਸ 4। ਇਹ 'ਚ ਵੀ ਦੇਖੋ ਐਕਸ ਦੀ ਪਾਵਰ 2 ਬਚੀ ਹੋਈ ਨਹੀਂ, ਇਟ ਮੀਨਸ ਇਹ 2 ਘਾਤੀ ਹੈ ਨਹੀਂ, ਠੀਕ ਹੈ, ਇਹ ਨਹੀਂ ਹੈਗਾ, ਇਹ ਫਾਲਸਾ। ਇੱਦਾਂ ਹੀ ਤੁਸੀਂ ਫੋਰਥ ਵੀ ਚੈੱਕ ਕਰੋ, ਇਹਨੂੰ ਵੀ ਗੁਣਾ ਕਰਕੇ ਦੇਖਦੇ ਹਾਂ ਆਪਾਂ। ਪਹਿਲਾਂ ਐਕਸ ਨੂੰ ਬੇਟਾ ਐਕਸ ਨਾਲ ਗੁਣਾ ਕਰਾਂਗੇ, ਫਿਰ 5 ਦੇ ਨਾਲ, ਇਹ ਬਣ ਜਾਏਗਾ ਆਪਣੇ ਕੋਲ ਐਕਸ ਸਕੇਅਰ ਪਲੱਸ 5x, ਫਿਰ 1 ਨੂੰ ਬੇਟਾ ਦੋਨਾਂ ਨਾਲ ਪਲੱਸ 1x ਪਲੱਸ 5, 7x ਨੂੰ 3 ਨਾਲ ਕਰੋ ਮਾਈਨਸ ਮਾਈਨਸ ਪਲੱਸ 21x, 7x ਨੂੰ ਬੇਟਾ ਐਕਸ ਨਾਲ ਕਰਾਂਗੇ ਮਾਈਨਸ 7x ਸਕੇਅਰ, ਠੀਕ ਹੈ ਜੀ। ਇਹ ਬਣ ਜੂ ਬੇਟਾ ਐਕਸ ਸਕੇਅਰ 5 ਪਲੱਸ 1 6x ਪਲੱਸ 5, ਇਹ ਦੋਨੋਂ ਰਾਈਟ ਲੈਫਟ ਸਾਈਡ ਲੈ ਆਓ, ਮਾਈਨਸ 21x ਪਲੱਸ 7x ਦਾ ਸਕੇਅਰ ਇਜ਼ ਇਕੁਅਲ ਟੂ 0। ਐਕਸ ਸਕੇਅਰ ਪਲੱਸ 7 ਕਿੰਨਾ ਬਣ ਗਿਆ, 8x ਸਕੇਅਰ, 6x 'ਚੋਂ 20 ਬਣ ਗਏ, ਕਿੰਨਾ ਬਣ ਗਿਆ ਆਪਣੇ ਕੋਲ 15 ਮਾਈਨਸ ਦੇ,
ਠੀਕ ਹੈ, ਪਲੱਸ 5 ਇਜ਼ ਇਕੁਅਲ ਟੂ 0, ਇਹ 'ਚ ਪਾਵਰ 2 ਬਚ ਗਈ, ਇਹਦਾ ਮਤਲਬ ਕੁਆਡਰੇਟਿਕ ਹੈਗੀ ਆ। ਮੀਨਸ ਕਿਹੜੀ ਨਹੀਂ ਹੈਗੀ ਬੇਟਾ ਇਹ 'ਚ? ਥਰਡ ਆਪਸ਼ਨ। ਅੱਗੇ ਹੈਗਾ ਕਿ ਹੇਠਾਂ ਦਿੱਤੀਆਂ ਦੋ ਘਾਤੀ ਸਮੀਕਰਨਾਂ ਵਿੱਚ ਕਿਸਦਾ ਮੂਲ 2 ਹੈ? ਵਿੱਚ ਆਫ ਦਾ ਫੋਲੋਇੰਗ ਕੁਆਡਰੇਟਿਕਸ ਹੈਜ਼ 2 ਐਜ਼ ਰੂਟ, 2 ਕਿਹਦਾ ਰੂਟ ਆ? ਮੁੱਲ ਪੁੱਟ ਕਰ ਲਓ ਬੇਟਾ, ਜਿਹਦਾ ਆਂਸਰ ਭਰ ਕੇ ਦੋਨੇ ਪਾਸੇ ਇਕੁਅਲ ਆ ਗਿਆ ਉਹਦਾ ਰੂਟ ਬਣ ਜਾਏਗਾ। ਜੇ ਫਸਟ ਪੁੱਟ ਕਰਦੇ ਹਾਂ ਆਪਾਂ, ਐਕਸ ਦੀ ਵੈਲਿਊ 2 ਪੁੱਟ ਕਰਾਂਗੇ ਫਸਟ, ਇਹ ਬਣ ਜਾਏਗਾ 2 ਦਾ ਸਕੇਅਰ ਮਾਈਨਸ 4 ਇੰਟੂ 2 ਪਲੱਸ 5, 4 ਮਾਈਨਸ 8 ਪਲੱਸ 5, ਠੀਕ ਹੈ ਜੀ। ਇਹ ਬਣ ਗਏ ਬੇਟਾ ਮਾਈਨਸ 4 ਪਲੱਸ 5, ਕਿੰਨਾ ਆ ਗਿਆ 1, 0 ਨਹੀਂ ਨਾ ਆਇਆ, ਇਹਦਾ ਮਤਲਬ ਇਹਦਾ ਨਹੀਂ ਹੈਗਾ। ਹੁਣ ਸੈਕਿੰਡ 'ਚ ਪੁੱਟ ਕਰੋ, 2 ਦਾ ਸਕੇਅਰ ਪਲੱਸ 3 ਇੰਟੂ 2 ਮਾਈਨਸ 12, 2 ਦਾ ਸਕੇਅਰ 4, 3 ਇੰਟੂ 2 6 ਮਾਈਨਸ 12, 10 ਮਾਈਨਸ 12, ਕਿੰਨਾ ਆ ਗਿਆ ਦੇਖੋ ਆਪਣੇ ਕੋਲ ਮਾਈਨਸ ਦੇ 2, ਇਹ ਵੀ 0 ਨਹੀਂ ਆਇਆ, ਇਹ ਵੀ ਨਹੀਂ ਹੈਗਾ। ਹੁਣ ਥਰਡ 'ਚ ਪੁੱਟ ਕਰੋ, ਥਰਡ 'ਚ ਪੁੱਟ ਕਰਦੇ ਹਾਂ ਆਪਾਂ, ਇਹ ਬਣ ਜੂਗਾ 2 ਇੰਟੂ 2 ਦਾ ਸਕੇਅਰ ਮਾਈਨਸ 7 ਇੰਟੂ 2 ਪਲੱਸ 6, 2 ਦਾ ਸਕੇਅਰ 4, 4 ਇੰਟੂ 2 8, 7 ਇੰਟੂ 2 14 ਪਲੱਸ 6, 8 ਮਾਈਨਸ 14 ਮਾਈਨਸ 6 ਪਲੱਸ 6, ਕਿੰਨਾ ਆ ਗਿਆ 0, ਇਹ ਹੈਗਾ ਆ। ਇੱਦਾਂ ਇਹ 'ਚ ਪੁੱਟ ਕਰੋ ਬੇਟਾ, 3 ਇੰਟੂ 2 ਦਾ ਸਕੇਅਰ ਮਾਈਨਸ 6 ਇੰਟੂ 2 ਮਾਈਨਸ 2, 2 ਦਾ ਸਕੇਅਰ 4, 4 ਇੰਟੂ 3 12 ਮਾਈਨਸ 12 ਮਾਈਨਸ 2, ਇਹ ਕੈਂਸਲ ਆਊਟ ਹੋ ਗਿਆ ਮਾਈਨਸ 2, ਇਹ ਵੀ 0 ਨਹੀਂ ਆਇਆ, ਇਹ ਵੀ ਨਹੀਂ ਹੈਗਾ। ਤਾਂ ਕਿਹੜਾ ਆਂਸਰ ਆ ਗਿਆ ਬੇਟਾ? ਥਰਡ ਆਪਸ਼ਨ। ਅੱਗੇ ਵਿੱਚ ਉਹਦਾ ਫੋਲੋਇੰਗ ਕੁਆਡਰੀਕੇਸ਼ਨ ਹੈਜ਼ ਦਾ ਸਮ ਆਫ ਇਟਸ ਰੂਟ ਐਜ਼ 3, ਦੋ ਘਾਤੀ ਸਮੀਕਰਨਾਂ ਵਿੱਚੋਂ ਕਿਸਦੇ ਮੂਲਾਂ ਦਾ ਜੋੜ 3 ਹੈ? ਬੇਟਾ ਜੇ ਮੂਲ ਆਪਾਂ ਐਲਫਾ ਬੀਟਾ ਮੰਨ ਲਈਏ ਤਾਂ ਸਮ ਆਫ ਰੂਟਸ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ? ਮਾਈਨਸ ਬੀ ਬਾਏ ਏ। ਹੁਣ ਇਹ 'ਚ ਸੋਲਵ ਕਰੋ, ਮਾਈਨਸ ਬੀ ਕੀ ਆ ਕੋਫੀਸ਼ੀਐਂਟ ਆਫ ਐਕਸ ਦਾ? ਮਾਈਨਸ 3, ਐਕਸ ਸਕੇਅਰ ਦਾ ਕਿੰਨਾ ਆਪਣੇ ਕੋਲ? 2, ਮੀਨਸ 3 ਬਾਏ 2, ਇਹ ਕਿੰਨਾ ਆਉਣਾ ਚਾਹੀਦਾ? 3, ਮੀਨਸ ਇਹ ਨਹੀਂ ਹੈਗਾ। ਸੈਕਿੰਡ ਚੈੱਕ ਕਰੋ, ਸਮ ਆਫ ਰੂਟਸ, ਇਹ 'ਚ ਕਿੰਨਾ ਬੇਟਾ ਆਪਣੇ ਕੋਲ? ਮਾਈਨਸ 3 ਮਾਈਨਸ 1, ਇਹ ਕੈਂਸਲ ਆਊਟ, ਇਹ 'ਚ ਆ ਗਿਆ ਆਪਣੇ ਕੋਲ 3, ਮੀਨਸ ਸੈਕਿੰਡ ਆਪਸ਼ਨ ਆ। ਇੱਦਾਂ ਹੀ ਤੁਸੀਂ ਥਰਡ ਵੀ ਚੈੱਕ ਕਰ ਸਕਦੇ ਹੋ, ਥਰਡ ਮੈਂ ਤੁਹਾਨੂੰ ਚੈੱਕ ਕਰਾਉਂਦੀ ਹਾਂ, ਸਮ ਆਫ ਰੂਟਸ ਮਾਈਨਸ ਬੀ ਬਾਏ ਏ, ਬੀ ਕਿੰਨਾ? ਮਾਈਨਸ 3 ਬਾਏ ਰੂਟ 2, ਨੀਚੇ ਕਿੰਨਾ ਆਪਣੇ ਕੋਲ? ਰੂਟ 2, ਠੀਕ ਹੈ, ਇਹ ਬਣ ਜੂਗਾ ਬੇਟਾ ਮਾਈਨਸ ਪਲੱਸ ਹੋ ਗਿਆ 3 ਬਾਏ 2, ਇਹ ਵੀ ਨਹੀਂ ਹੈਗਾ। ਲਾਸਟ ਵੀ ਚੈੱਕ ਕਰ ਦਿੰਦੇ ਬੇਟਾ, ਐਲਫਾ ਪਲੱਸ ਬੀਟਾ, ਮਾਈਨਸ ਬੀ ਕਿੰਨਾ ਆਪਣੇ ਕੋਲ? ਮਾਈਨਸ 3, ਇਹ ਕਿੰਨਾ ਆਪਣੇ ਕੋਲ? 3, ਕੈਂਸਲ ਆਊਟ, ਕਿੰਨਾ ਆ ਗਿਆ 1, ਇਹ ਵੀ ਨਹੀਂ ਹੈਗਾ। ਮੀਨਸ ਕਿਹੜੀ ਆਪਸ਼ਨ ਆਈ ਸੀ ਬੇਟਾ ਸਹੀ? ਸੈਕਿੰਡ, ਦਿਸ 1। ਨੈਕਸਟ ਹੈਗਾ ਆਪਣੇ ਕੋਲ ਕੇ ਦਾ ਮੁੱਲ ਪਤਾ ਕਰੋ ਜਿਸ ਲਈ ਦੋ ਘਾਤੀ ਸਮੀਕਰਨ ਦੇ ਮੁੱਲ ਬਰਾਬਰ ਹਨ। ਫਾਈਂਡ ਦਾ ਵੈਲਿਊ ਆਫ ਕੇ ਫੋਰ ਵਿੱਚ ਦਾ ਕੁਆਡਰੀਕੇਸ਼ਨ ਹੈਜ਼ ਇਕੁਅਲ ਰੂਟਸ। ਬੇਟਾ ਇਕੁਅਲ ਰੂਟਸ, ਕੁਆਡਰੀਕੇਸ਼ਨ ਜਨਰਲ ਕੀ ਹੁੰਦੀ ਹੈ? ਏ ਐਕਸ ਸਕੇਅਰ ਪਲੱਸ ਬੀ ਐਕਸ ਪਲੱਸ ਸੀ ਇਜ਼ ਇਕੁਅਲ ਟੂ 0। ਜਦੋਂ ਇਕੁਅਲ ਰੂਟਸ ਕਿਆ ਹੁੰਦਾ ਆ ਤਾਂ ਡਿਸਕ੍ਰੀਮੀਨੈਂਟ
ਕਿਹਦੇ ਬਰਾਬਰ ਰੱਖਦੇ ਹਾਂ ਆਪਾਂ, ਜ਼ੀਰੋ ਦੇ। ਹੁਣ ਇਹ 'ਚ ਦੇਖੋ ਏ ਦੀ ਵੈਲਿਊ ਕਿੰਨੀ ਆਪਣੇ ਕੋਲ, ਟੂ। ਬੀ ਦੀ ਵੈਲਿਊ ਕਿੰਨੀ ਆਪਣੇ ਕੋਲ, ਮਾਈਨਸ ਕੇ। ਸੀ ਕਿੰਨਾ ਆਪਣੇ ਕੋਲ, ਕੇ। ਤਾਂ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਕੀ ਹੁੰਦਾ ਬੇਟਾ, ਬੀ ਸਕੇਅਰ ਮਾਈਨਸ 4ac ਇਜ਼ ਇਕੁਅਲ ਟੂ ਜ਼ੀਰੋ। ਬੀ ਮੀਨਸ ਮਾਈਨਸ ਕੇ ਦਾ ਸਕੇਅਰ, ਮਾਈਨਸ 4a ਕਿੰਨੀ ਆ, ਟੂ। ਸੀ ਕਿੰਨੀ ਆਪਣੇ ਕੋਲ, ਕੇ ਇਜ਼ ਇਕੁਅਲ ਟੂ ਜ਼ੀਰੋ। ਠੀਕ ਹੈ, ਇਹ ਬਣ ਜੂ ਬੇਟਾ ਕੇ ਦਾ ਸਕੇਅਰ, ਮਾਈਨਸ 8k ਇਜ਼ ਇਕੁਅਲ ਟੂ ਜ਼ੀਰੋ। ਕੇ ਕੱਢਿਆ ਕੋਮਨ, ਕੇ ਮਾਈਨਸ 8 ਇਜ਼ ਇਕੁਅਲ ਟੂ ਜ਼ੀਰੋ। ਇੱਕ ਵਾਰ ਬੇਟਾ ਕੇ ਇਜ਼ ਇਕੁਅਲ ਟੂ ਜ਼ੀਰੋ ਆ ਗਿਆ, ਇੱਕ ਵਾਰ ਕੇ ਮਾਈਨਸ 8 ਇਜ਼ ਇਕੁਅਲ ਟੂ ਜ਼ੀਰੋ ਆ ਗਿਆ। ਹੁਣ ਇੱਥੋਂ ਵੈਲਿਊਜ਼ ਕੱਢਦੇ ਹਾਂ ਆਪਾਂ, ਇਹਦਾ ਮਤਲਬ ਆਪਣੇ ਕੋਲ ਕੇ ਦੀ ਵੈਲਿਊ ਜਾਂ ਤਾਂ ਜ਼ੀਰੋ ਆਊਗੀ, ਜਾਂ ਕੇ ਦੀ ਵੈਲਿਊ ਆਪਣੇ ਕੋਲ 8 ਆਊਗੀ। ਪਰ ਬੇਟਾ ਜ਼ੀਰੋ ਹੋ ਨਹੀਂ ਸਕਦੀ, ਕਿਉਂਕਿ ਕੁਆਡੀਕੇਸ਼ਨ ਹੈ ਇਹ, ਕਿਉਂਕਿ ਜੇ ਕੇ ਜ਼ੀਰੋ ਹੋ ਗਿਆ ਤਾਂ ਕੁਆਡੀਕੇਸ਼ਨ, ਤਾਂ ਆਪਣੇ ਐਕਸ ਸਕੁਅਰ ਇਜ਼ ਇਕੁਅਲ ਟੂ ਜ਼ੀਰੋ, ਜ਼ੀਰੋ ਵੀ ਹੋ ਸਕਦੀ ਹੈ, ਕਿਉਂਕਿ ਜੇ ਆਪਾਂ ਕੇ ਦੀ ਵੈਲਿਊ ਜ਼ੀਰੋ ਪੁੱਟ ਕਰ ਦਾਂਗੇ ਤਾਂ 2x ਸਕੁਅਰ ਇਜ਼ ਇਕੁਅਲ ਟੂ ਜ਼ੀਰੋ। ਐਕਸ ਦੇ ਦੋ ਵੈਲਿਊ ਜ਼ੀਰੋ ਜ਼ੀਰੋ ਵੀ ਹੋ ਸਕਦੀਆਂ ਨੇ, ਅਤੇ 8 ਵੀ ਹੋ ਸਕਦੀ ਹੈ। ਦੇਖੋ ਕਿਹੜਾ ਆਂਸਰ ਆ, ਜ਼ੀਰੋ ਅਤੇ 8 ਦੋਨੋਂ ਆਉਣਗੇ, ਆਪਸ਼ਨ 'ਚ ਹੈਗੀਆਂ ਨੇ। ਨੈਕਸਟ ਹੈਗਾ, ਦੱਸਣਾ ਕਿਹੜਾ ਕਥਨ ਸੱਚ ਹੈ, ਕਿਹੜੀ ਸਟੇਟਮੈਂਟ ਟਰੂ ਆ। ਐਵਰੀ ਕੁਆਡਰੀਕੇਸ਼ਨ ਹੈਜ਼ ਐਗਜੈਕਟਲੀ 1 ਰੂਟ, ਨੋ। ਕਿੰਨੇ ਹੁੰਦੇ ਨੇ ਬੇਟਾ, ਵੱਧ ਤੋਂ ਵੱਧ 2। ਐਵਰੀ ਕੁਆਡਰੀਕੇਸ਼ਨ ਹੈਜ਼ ਐਟ ਲੀਸਟ 1 ਰੀਅਲ ਰੂਟ, ਇੱਕ ਰੀਅਲ ਰੂਟ ਹੁੰਦਾ, ਕੋਈ ਜ਼ਰੂਰੀ ਨਹੀਂ, 2 ਵੀ ਹੋ ਸਕਦੇ ਨੇ, ਕੋਈ ਵੀ ਨਹੀਂ ਹੋ ਸਕਦਾ। ਜਿਵੇਂ 15 ਵਾਲਾ ਕੀਤਾ ਸੀ, ਦੋਨੋਂ ਦੇਖੋ ਰੀਅਲ ਨਹੀਂ ਆਏ। ਕਈ ਵਾਰ ਆਪਾਂ ਕੰਪਲੈਕਸ, ਮਗਰ ਹਾਇਰ ਕਲਾਸਿਸ 'ਚ ਬੇਟਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਰੀਅਲ ਹੋਣ, ਨੋਨ ਰੀਅਲ ਵੀ ਹੋ ਸਕਦੇ ਨੇ। ਐਵਰੀ ਕੁਆਡਰੀਕੇਸ਼ਨ ਹੈਜ਼ ਐਟ ਲੀਸਟ 2 ਰੂਟਸ, ਘੱਟੋ ਘੱਟ 2, ਨੋ। ਇਹਦਾ ਮਤਲਬ 2 ਤੋਂ ਵੱਧ ਗਏ, ਘੱਟੋ ਘੱਟ 2 ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਇਹ ਵੀ ਗਲਤ ਹੈ। ਐਵਰੀ ਕੁਆਡਰੀਕੇਸ਼ਨ ਹੈਜ਼ ਐਟ ਮੋਸਟ 2 ਰੂਟ, ਵੱਧ ਤੋਂ ਵੱਧ 2 ਰੂਟ ਹੋ ਸਕਦੇ ਨੇ, ਇਹ ਠੀਕ ਹੈ, ਵੱਧ ਤੋਂ ਵੱਧ 2 ਹੋ ਸਕਦੇ ਨੇ, ਠੀਕ ਹੈ। ਫੋਰਥ ਆਪਸ਼ਨ। ਨੈਕਸਟ ਹੈਗਾ, ਇਹ 'ਚ ਮੂਲ ਬਰਾਬਰ ਨੇ ਬੇਟਾ, ਕੰਡੀਸ਼ਨ ਕੱਢਣੀ ਹੈ ਆਪਾਂ ਨੇ। ਆਪਾਂ ਹੁਣੇ ਫਾਰਮੂਲਾ ਕੀਤਾ ਸੀ ਨਾ ਡਿਸਕ੍ਰਿਮੀਨੈਂਟ ਵਾਲਾ, ਡੀ ਕਿਹਦੇ ਬਰਾਬਰ ਹੁੰਦਾ, ਜ਼ੀਰੋ ਦੇ। ਆਹ ਤੁਹਾਡੀ ਏ ਦੀ ਵੈਲਿਊ ਆ ਗਈ, ਆਹ ਬੇਟਾ ਬੀ ਦੀ ਵੈਲਿਊ ਆ ਗਈ, ਆਹ ਤੁਹਾਡੀ ਕੀ ਆ ਗਈ, ਸੀ। ਤਾਂ ਫਾਰਮੂਲਾ ਕੀ ਹੁੰਦਾ ਡਿਸਕ੍ਰਿਮੀਨੈਂਟ ਦਾ, ਡੀ ਇਜ਼ ਇਕੁਅਲ ਟੂ ਜ਼ੀਰੋ ਰੱਖਾਂਗੇ ਆਪਾਂ, ਮੀਨਸ ਬੀ ਸਕੇਅਰ ਮਾਈਨਸ 4ac, ਇਹ ਏ ਦੀ ਥਾਂ 'ਤੇ ਪੁੱਟ ਹੋਊਗਾ, ਬੀ ਦੀ ਥਾਂ 'ਤੇ, ਇਹ ਸੀ ਦੀ ਥਾਂ 'ਤੇ, ਠੀਕ ਹੈ। ਬੀ ਕਿੰਨਾ ਆਪਣੇ ਕੋਲ, 2, ਏ ਸੀ ਪਲੱਸ ਬੀ ਡੀ, ਇਹਦਾ ਸਕੇਅਰ ਮਾਈਨਸ 4, ਏ ਕਿੰਨਾ ਬੇਟਾ, ਏ ਸਕੇਅਰ ਪਲੱਸ ਬੀ ਸਕੇਅਰ, ਸੀ ਕਿੰਨਾ ਆਪਣੇ ਕੋਲ, ਸੀ ਸਕੇਅਰ ਪਲੱਸ ਡੀ ਸਕੇਅਰ ਇਜ਼ ਇਕੁਅਲ ਟੂ ਜ਼ੀਰੋ, ਠੀਕ ਹੈ ਜੀ। ਹੁਣ ਦੇਖੋ ਇਹ ਬਣ ਜੂ 2 ਦਾ ਸਕੇਅਰ 4, ਏ ਸੀ ਪਲੱਸ ਬੀ ਡੀ, ਇਹਦਾ ਸਕੇਅਰ ਮਾਈਨਸ 4, ਏ ਸਕੇਅਰ ਪਲੱਸ ਬੀ ਸਕੇਅਰ, ਸੀ ਸਕੇਅਰ ਪਲੱਸ ਡੀ ਸਕੇਅਰ। ਇਹਨੂੰ ਨੋਟ ਕਰ ਲਓ ਬੇਟਾ, 4 ਮੈਂ ਦੋਨਾਂ ਵਿੱਚੋਂ ਕੋਮਨ ਕੱਢ ਲਾਂਗੀ, ਠੀਕ ਹੈ। ਅਤੇ ਮੇਰੇ ਕੋਲ ਆ ਜਾਏਗਾ ਇਹ 4, ਮੈਨੇ ਕੋਮਨ ਕੱਢਿਆ, ਇੱਥੇ ਆ ਜੂਗਾ ਏ ਸੀ ਪਲੱਸ ਬੀ ਡੀ ਦਾ ਸਕੇਅਰ
ਮਾਈਨਸ 4 ਕੱਢਿਆ ਕੋਮਨ, ਇੱਥੇ ਰਹਿ ਗਿਆ ਸੀ ਮੇਰੇ ਕੋਲ a ਸਕੁਅਰ ਪਲੱਸ b ਸਕੁਅਰ c ਸਕੁਅਰ ਪਲੱਸ d ਸਕੁਅਰ ਇਜ਼ ਇਕੁਅਲ ਟੂ 0। ਜਿਹੜਾ 4 ਆ ਬੇਟਾ ਉਹ 0 ਨਾਲ ਖਤਮ ਹੋ ਗਿਆ। ਇਹਦਾ ਸਕੁਅਰ ਖੋਲ ਲਓ, a ਸਕੁਅਰ b ਸਕੁਅਰ ਪਲੱਸ 2ab, 2abcd, ਠੀਕ ਹੈ। a ਸਕੁਅਰ b ਸਕੁਅਰ 2ab ਦਾ ਫਾਰਮ ਲਗਾਤਾ, ਇੱਧਰ ਮਲਟੀਪਲਾਈ ਕਰਾਂਗੇ ਕਿਉਂਕਿ ਇੱਥੇ ਬੇਟਾ ਮਾਈਨਸ ਆ, ਸਾਰੇ ਟਰਮ ਨਾਲ ਮਾਈਨਸ ਆਏਗਾ। a ਸਕੁਅਰ c ਸਕੁਅਰ ਮਾਈਨਸ a ਸਕੁਅਰ d ਸਕੁਅਰ ਮਾਈਨਸ b ਸਕੁਅਰ c ਸਕੁਅਰ ਮਾਈਨਸ b ਸਕੁਅਰ d ਸਕੁਅਰ, ਠੀਕ ਹੈ ਜੀ। ਆਹ ਬੇਟਾ ਕੈਂਸਲ ਆਊਟ ਹੋ ਗਿਆ। a ਸਕੁਅਰ c ਸਕੁਅਰ ਵੀ ਕੈਂਸਲ ਆਊਟ ਹੋ ਗਿਆ। ਬਾਕੀ ਜਿਹੜੇ ਤਿੰਨ ਟਰਮਾਂ ਬਚੇ ਜੋ ਮਾਈਨਸ ਕੋਮਨ ਕੱਢ ਲਓ, ਆਪਣੇ ਕੋਲ ਆਜੂਗਾ ਇਹ a ਸਕੁਅਰ d ਸਕੁਅਰ ਪਲੱਸ b ਸਕੁਅਰ c ਸਕੁਅਰ ਮਾਈਨਸ 2abcd। ਅਗੇਨ ਫਾਰਮੂਲਾ ਬਣ ਗਿਆ ਬੇਟਾ ਤੁਹਾਡਾ ਇਹ a ਮਾਈਨਸ b ਦਾ ਸਕੁਅਰ, ਠੀਕ ਹੈ, ਮੀਨ ਮਾਈਨਸ a d ਮਾਈਨਸ b c ਦਾ ਹੋਲ ਸਕੁਅਰ। ਜਿਹਨੂੰ ਖੋਲੋਂਗੇ ਦੇਖੋ a ਸਕੁਅਰ b ਸਕੁਅਰ ਮਾਈਨਸ 2abc, ਮਾਈਨਸ ਵੀ 0 ਨਾਲ ਖਤਮ ਹੋ ਜੂਗਾ ਬੇਟਾ, ਸਕੁਅਰ ਵੀ 0 ਨਾਲ ਖਤਮ ਹੋ ਜੂਗਾ, ਤਾਂ ਆਪਣੇ ਕੋਲ ਆਜੂਗਾ a d ਮਾਈਨਸ b c ਇਜ਼ ਇਕੁਅਲ ਟੂ 0, ਜਿਹਨੂੰ ਲਿਖ ਸਕਦੇ ਹਾਂ ਆਪਾਂ a d ਇਜ਼ ਇਕੁਅਲ ਟੂ b c। ਹੁਣ ਦੇਖੋ ਕਿਹੜੀ ਆਪਸ਼ਨ ਆ, a d ਇਜ਼ ਇਕੁਅਲ ਟੂ b c, ਦਿਸ ਵਨ। ਅੱਗੇ ਦੇਖੋ, ਜੇਕਰ ਦੋਵੇਂ ਸਮੀਕਰਨਾਂ ਦਾ ਸਾਂਝਾ ਮੁੱਲ ਇੱਕ ਹੋਵੇ ਤਾਂ ਏ ਬੀ ਦਾ ਮੁੱਲ ਕੀ ਹੋਵੇਗਾ। ਇਫ ਵਨ ਇਜ਼ ਏ ਕੋਮਨ ਫੈਕਟਰ ਕੋਮਨ ਰੂਟ ਆਫ ਦ ਇਕੁਏਸ਼ਨਸ ਦੈਨ ਫਾਈਂਡ ਦ ਵੈਲਿਊ ਆਫ ਏ ਬੀ। ਵਨ ਬੇਟਾ ਦੋਨਾਂ 'ਚ ਕੋਮਨ ਆ, ਦੋਨਾਂ ਦਾ ਰੂਟ ਆ, ਮੀਨਸ ਦੋਨਾਂ ਨੂੰ ਸੈਟਿਸਫਾਈ ਕਰ ਰਹੇ ਆ। ਪਹਿਲਾਂ ਆਪਾਂ ਉੱਥੋਂ ਏ ਅਤੇ ਬੀ ਦੀ ਵੈਲਿਊ ਕੱਢਦੇ ਹਾਂ। ਪਹਿਲਾਂ ਫਸਟ ਇਕੁਏਸ਼ਨ 'ਚ ਪੁੱਟ ਕਰਦੇ ਹਾਂ ਐਕਸ ਦੀ ਥਾਂ 'ਤੇ 1, ਏ ਇੰਟੂ 1 ਪਲੱਸ 3 ਇਜ਼ ਇਕੁਅਲ ਟੂ 0, 1 ਪਲੱਸ ਏ ਪਲੱਸ 3 ਇਜ਼ ਇਕੁਅਲ ਟੂ 0, ਏ ਪਲੱਸ 3 ਪਲੱਸ 1 4 ਇਜ਼ ਇਕੁਅਲ ਟੂ 0, ਏ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ ਮਾਈਨਸ 4, ਠੀਕ ਹੈ ਜੀ। ਇਹਦੀ ਬੇਟਾ ਸੈਕਿੰਡ 'ਚ ਪੁੱਟ ਕਰੋ, ਵਾਈ ਦੀ ਥਾਂ 'ਤੇ ਕੀ ਪੁੱਟ ਕਰਾਂਗੇ 1, ਕਿਉਂਕਿ ਦੋਨਾਂ ਦੇ ਮੂਲ ਆ, ਪਲੱਸ 1 ਪਲੱਸ b ਇਜ਼ ਇਕੁਅਲ ਟੂ 0, 1 ਪਲੱਸ 1 ਪਲੱਸ b ਇਜ਼ ਇਕੁਅਲ ਟੂ 0, 1 ਪਲੱਸ 1 2, 2 ਪਲੱਸ b ਇਜ਼ ਇਕੁਅਲ ਟੂ 0, ਤਾਂ b ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ ਮਾਈਨਸ ਦੇ 2। ਆਪਾਂ ਕਿਹਦੀ ਵੈਲਿਊ ਕਰਨੀ ਆ, ab ਦੀ, ਮੀਨਸ ਦੋਨਾਂ ਦੀ ਗੁਣਾ ਕਰ ਦਿਉ, ਮਾਈਨਸ 4 ਇੰਟੂ ਮਾਈਨਸ 2 ਕਿੰਨਾ ਬਣ ਗਿਆ ਆਪਣੇ ਕੋਲ ਪਲੱਸ ਦੇ 8। ਦੇਖੋ ਕਿਹੜੀ ਆਪਸ਼ਨ ਬਣਦੀ ਹੈ, ਥਰਡ। ਨੈਕਸਟ ਹੈਗਾ, ਦੋ ਘਾਤੀ ਸਮੀਕਰਨ ਦੇ ਮੂਲ ਹਨ, ਰੂਟਸ ਆਫ ਦਾ ਕੁਆਡਰੇਟਿਕ ਇਕੁਏਸ਼ਨ। ਚਲੋ ਸੋਲਵ ਕਰਦੇ ਬੇਟਾ, ਦੇਖੋ ਸੈਂਟਰ 'ਚ ਕੀ ਆ ਆਪਣੇ ਕੋਲ, ਮਾਈਨਸ ਦੇ 2, ਨੀਚੇ ਕਿੰਨਾ 35, ਫੈਕਟਰ ਕੀ ਬਣ ਗਏ, ਮਾਈਨਸ 7 ਇੰਟੂ 5 ਮਾਈਨਸ 7 ਪਲੱਸ 5, ਅਤੇ ਬਣ ਜਾ ਬੇਟਾ ਆਪਣੇ ਕੋਲ ਐਕਸ ਸਕੁਅਰ ਮਾਈਨਸ 7x ਪਲੱਸ 5x ਮਾਈਨਸ 35 ਇਜ਼ ਇਕੁਅਲ ਟੂ 0। ਇਹ 'ਚੋਂ ਐਕਸ ਕੋਮਨ ਨਿਕਲ ਜਾਏਗਾ, ਐਕਸ ਮਾਈਨਸ 7, ਇਹ 'ਚੋਂ 5 ਕੋਮਨ ਨਿਕਲ ਜਾਏਗਾ, ਐਕਸ ਮਾਈਨਸ 7 ਇਜ਼ ਇਕੁਅਲ ਟੂ 0। ਇਹ ਬਣ ਗਏ ਬੇਟਾ ਐਕਸ ਮਾਈਨਸ 7, ਐਕਸ ਪਲੱਸ 5 ਇਜ਼ ਇਕੁਅਲ ਟੂ 0। ਇੱਕ ਵਾਰ ਐਕਸ ਮਾਈਨਸ 7 ਇਜ਼ ਇਕੁਅਲ ਟੂ 0, ਐਕਸ ਪਲੱਸ 5 ਇਜ਼ ਇਕੁਅਲ ਟੂ 0।
ਤਾਂ ਆਪਣੇ ਕੋਲ ਬੇਟਾ ਐਕਸ ਦੀ ਵੈਲਿਊ ਕਿੰਨੀ ਆ ਗਈ, ਇੱਕ 7, ਇੱਕ ਐਕਸ ਦੀ ਵੈਲਿਊ ਕਿੰਨੀ ਆ ਜੂ ਆਪਣੇ ਕੋਲ 5 ਮਾਈਨਸ ਦੇ, ਕਿਉਂਕਿ ਪਲੱਸ ਦੇ 5 ਰਾਈਟ ਸਾਈਡ ਜਾ ਕੇ ਮਾਈਨਸ ਦੇ, 7 ਅਤੇ ਮਾਈਨਸ 5 ਦਿਸ ਵਨ। ਨੈਕਸਟ ਹੈਗਾ ਬੇਟਾ ਏਰੀਆ ਆਫ ਰੈਕਟੈਂਗੂਲਰ ਪਲੋਟ ਆਪਾਂ ਗਿਵਨ ਆ, ਇੱਕ ਆਇਤਾਕਾਰ ਪਲਾਟ ਦਾ ਖੇਤਰਫਲ ਗਿਵਨ ਆ, ਲੈਂਥ ਆਫ ਪਲੋਟ ਇਜ਼ 1 ਮੋਰ ਦੈਨ ਟਵਾਈਟਸ ਇਟਸ ਬ੍ਰੈਥ, ਜਿਹੜੀ ਪਲਾਟ ਦੀ ਲੰਬਾਈ ਹੈ ਚੌੜਾਈ ਦੇ ਦੁੱਗਣੇ ਤੋਂ ਇੱਕ ਵੱਧ ਹੈ, ਇਹ ਟੂ ਫਾਇੰਡ ਦਾ ਲੈਂਥ ਐਂਡ ਬ੍ਰੈਥ ਆਫ ਦਾ ਪਲੋਟ ਫਰੋਮ ਦਾ ਗਿਵਨ ਸਿਚੁਏਸ਼ਨਸ ਦਾ ਕੁਆਡਰੀਕੇਸ਼ਨ ਕੈਨ ਬੀ ਐਕਸਪ੍ਰੈਸਡ ਐਜ, ਲੰਬਾਈ ਅਤੇ ਚੌੜਾਈ ਪਤਾ ਕਰਨ ਲਈ ਦਿੱਤੀ ਗਈ ਸਥਿਤੀ ਨੂੰ ਸਮੀਕਰਨ ਦੇ ਰੂਪ ਵਿੱਚ ਆਪਾਂ ਲਿਖ ਸਕਦੇ ਹਾਂ। ਤਾਂ ਦੇਖੋ ਬੇਟਾ ਇਹ ਦੇਖੋ ਪਲਾਟ ਦੀ ਜਿਹੜੀ ਲੰਬਾਈ ਆ ਚੌੜਾਈ ਦੇ ਦੁੱਗਣੇ ਤੋਂ ਇੱਕ ਵੱਧ ਹੈ, ਮੀਨ ਚੌੜਾਈ ਬ੍ਰੈਥ ਕਿੰਨੀ ਮੰਨ ਲਾਂਗੇ ਆਪਾਂ ਐਕਸ ਮੀਟਰ, ਜਿਹੜੀ ਲੈਂਥ ਆ ਇਹਦੇ ਦੁੱਗਣੇ ਤੋਂ ਕਿੰਨੀ ਵੱਧ ਆ 2x ਪਲੱਸ 1 ਮੀਟਰ, ਏਰੀਆ ਕਿੰਨਾ ਗਿਵਨ ਆਪਾਂ ਨੂੰ 528, ਏ ਦਾ ਫਾਰਮੂਲਾ ਕੀ ਹੁੰਦਾ ਐਲ ਇੰਟੂ ਬੀ ਮੀਨਸ ਐਕਸ ਇੰਟੂ 2x ਪਲੱਸ 1 ਦੋਨਾਂ ਦੀ ਗੁਣਾ ਹੋ ਗਈ ਲੈਂਥ ਇੰਟੂ ਬ੍ਰੈਥ 528, ਇਹਨੂੰ ਮਲਟੀਪਲਾਈ ਕਰਦੇ ਬੇਟਾ 2x ਸਕੇਅਰ ਪਲੱਸ ਐਕਸ 528 ਰਾਈਟ ਲੈਫਟ ਸਾਈਡ ਇਜ਼ ਇਕੁਅਲ ਟੂ 0, ਤਾਂ ਕਿਹੜੀ ਆਪਸ਼ਨ ਆ ਗਈ ਬੇਟਾ ਫਸਟ। ਅੱਗੇ 14th, ਰੀਅਲ ਨੰਬਰ ਐਲਫਾ ਇਜ਼ ਦਾ ਰੂਟ ਆਫ ਦਾ ਕੁਆਡਰੈਟਿਕ ਇਕੁਏਸ਼ਨ, ਦੈਨ ਵਿੱਚ ਆਫ ਦਾ ਫੋਲੋਇੰਗ ਇਜ਼ 1 ਆਫ ਦਾ ਲੀਨੀਅਰ ਫੈਕਟਰ ਆਫ ਦਾ ਗਿਵਨ ਇਕੁਏਸ਼ਨਸ, ਵਾਸਤਵਿਕ ਸੰਖਿਆ ਐਲਫਾ 2 ਘੱਟ ਹੀ ਸਮੀਕਰਨ ਦਾ ਮੂਲ ਹੈ, ਤਾਂ ਹੇਠ ਲਿਖੇ ਵਿੱਚ ਕਿਹੜਾ ਦਿੱਤੀ ਸਮੀਕਰਨ ਦਾ ਇੱਕ ਰੇਖੀ ਗੁਣਨ ਖੰਡ ਹੋਵੇਗਾ, ਕਿਹੜਾ ਦਾ ਗੁਣਨ ਖੰਡ ਆ, ਐਲਫਾ ਵੀ ਇਹਦਾ ਰੂਟ ਆ ਬੇਟਾ, ਮੀਨਸ ਐਲਫਾ ਇਹਦਾ ਰੂਟ ਆ ਅਤੇ ਐਕਸ ਇਜ਼ ਇਕੁਅਲ ਟੂ ਐਲਫਾ ਦਾ ਰੂਟ ਆ, ਮੀਨਸ ਐਕਸ ਮਾਈਨਸ ਐਲਫਾ ਇਸ ਰੂਟ ਦੀ ਕੀ ਬਣੇਗੀ ਕੁਆਡਰੈਟਿਕ ਇਕੁਏਸ਼ਨ, ਇਹਦੀ ਇਕੁਏਸ਼ਨ ਬਣੂਗੀ, ਠੀਕ ਹੈ। ਲੀਨੀਅਰ ਫੈਕਟਰ ਕੀ ਬਣੂ ਇਹਦਾ, ਐਕਸ ਮਾਈਨਸ ਐਲਫਾ, ਕਲੀਅਰ ਜੀ। ਨੈਕਸਟ ਹੈਗਾ ਦੋ ਘਾਤੀ ਸਮੀਕਰਨ ਦੇ ਵੱਧ ਤੋਂ ਵੱਧ ਕਿੰਨੇ ਰੇਖੀ ਗੁਣਨ ਖੰਡ ਬਣਾਏ ਜਾ ਸਕਦੇ ਹਨ, ਵੱਟ ਇਜ਼ ਦਾ ਮੈਕਸੀਮਮ ਨੰਬਰ ਆਫ ਲੀਨੀਅਰ ਫੈਕਟਰਸ। ਬੇਟਾ ਕੁਆਡਰੀਕੇਸ਼ਨ ਆ ਇਹਦੇ ਦੋ ਫੈਕਟਰਸ ਹੋ ਸਕਦੇ ਨੇ ਮੈਕਸੀਮਮ ਲੀਨੀਅਰ, ਜਿਵੇਂ ਆਪਾਂ ਲਿਖ ਸਕਦੇ ਹਾਂ ਐਕਸ ਪਲੱਸ ਇਨ ਜਨਰਲ ਐਲਫਾ, ਐਕਸ ਪਲੱਸ ਬੀਟਾ, ਠੀਕ ਹੈ। ਇਹਨੇ ਸਾਈਨ ਨਹੀਂ ਪੁੱਛਿਆ, ਐਕਸ ਮਾਈਨਸ ਐਲਫਾ ਐਕਸ ਮਾਈਨਸ ਬਿੱਟਾ ਵੀ ਹੋ ਸਕਦਾ, ਐਕਸ ਪਲੱਸ ਐਲਫਾ ਐਕਸ ਮਾਈਨਸ ਬਿੱਟਾ ਵੀ ਹੋ ਸਕਦਾ, ਐਕਸ ਮਾਈਨਸ ਐਲਫਾ ਐਕਸ ਪਲੱਸ ਬਿੱਟਾ ਵੀ ਹੋ ਸਕਦਾ, ਠੀਕ ਹੈ। ਮੀਨ ਦੋ ਲੀਨੀਅਰ ਫੈਕਟਰ ਬਣਨਗੇ ਦਿਸ ਵਨ, ਠੀਕ ਹੈ ਜੀ। ਥੈਂਕਸ ਬੇਟਾ ਫੋਰ ਵਾਚਿੰਗ ਦਿਸ ਵੀਡੀਓ, ਅੱਛੀ ਲੱਗੀ ਲਾਈਕ ਜ਼ਰੂਰ ਕਰ ਦੇਣਾ, ਥੈਂਕਸ ਬੇਟਾ ਜੀ।